ਸੁਰਜੀਤ ਕੌਰ ਕੀ ਘਟਨਾ ਘਰੋਂ ਨਾ ਤਿਆਰ ਹੋਣ ਡੇ ਆ ਮੈਨੂੰ ਕਹਿੰਦੇ ਨੇ 11 ਵੱਜ ਗਏ ਫਿਰ ਕਹਿੰਦੇ 12 ਵੱਜਣ ਲੱਗਿਆ ਮੈਂ ਚੱਲਿਆ ਪੈਸੇ ਪਾਉਣ ਅਜੇ ਉਹ ਗਏ ਨੇ ਮੈਂ ਅੰਦਰ ਨੂੰ ਆਈ ਹਾਂ ਅੰਦਰ ਆਈ ਹਾਂ ਤਾਂ ਗੱਡੀ ਠਾਹ ਹੋਈ ਏ ਮੁੜ ਕੇ ਦੋ ਮੁੰਡੇ ਆਏ ਨੇ ਮਗਰ ਕਹਿੰਦੇ ਤੁਹਾਡਾ ਬੰਦਾ ਮਾਰ ਕੇ ਸੁੱਟ ਕੇ ਜੇ ਸੜਕ 'ਚ ਕਹਿੰਦੇ ਕੋਈ ਬੰਦਾ ਭੇਜੋ ਮਗਰ ਮੈਂ ਬੰਦਾ ਮੇਰੇ ਕੋਈ ਨਹੀਂ ਮੈਂ ਇਕੱਲੀ ਹੈਗੀ ਹਾਂ ਮੈਂ ਕੀ ਕਰਾਂ ਇੱਥੇ ਮੈਂ ਫਿਰ ਵਿਹੜ 'ਚ ਘਰ ਵਾਟੀ ਪਾਈ ਫਿਰ ਨਾਲ ਦੀਆਂ ਆਈਆਂ ਚਾਹ ਪਾਣੀ ਉਹਨਾਂ ਪਿਆ ਲਿਆ ਫਿਰ ਗੱਡੀ 'ਚ ਮੈਨੂੰ ਉਹਨਾਂ ਨੇ ਸਕੂਟੀ ਪਾ ਕੇ ਖੜ੍ਹਿਆ ਹਸਪਤਾਲ ਮੈਂ ਗਈ ਹਾਂ ਉੱਥੇ ਲੰਮੇ ਪਿਆ ਚੁੱਪ ਕਰਕੇ ਫਿਰ ਇੱਥੋਂ ਆਹ ਫਟ ਗਿਆ ਵਾ ਆਹ ਫਟ ਗਿਆ ਵਾ ਇੱਥੋਂ ਤੱਕ ਅੱਖਾਂ ਮਿਟੀਆਂ ਹਾਂ ਮੈਨੂੰ ਤਾਂ ਪਤਾ ਕੋਈ ਨਹੀਂ ਪਤਾ ਮੈਨੂੰ ਕੋਈ ਨਹੀਂ ਪਤਾ ਭਰਾਵਾ ਮੈਂ ਕਰਾਂ ਆਹ ਕਹਿੰਦਾ ਮੈਂ ਪੈਸੇ ਪਵਾਉਣ ਚੱਲਿਆ ਵਾਂ ਘਬਰਾਉਣਾ ਪੈਸੇ ਪਵਾ ਕੇ ਮਾਉਣਾ ਫਿਰ ਸਬਜ਼ੀ ਬਣਾਉਣੀ ਤਾਂ ਖਾਵਾਂਗੇ ਨਾ ਸਬਜ਼ੀ ਬਣੀ ਨਾ ਉਹ ਆਇਆ ਕਹਿੰਦਾ ਮੈਂ ਆ ਜਾਂਦਾ ਵਾਂ ਘਬਰਾਉਣਾ ਤੂੰ ਆਈ ਨਾ ਮੰਮਾ ਗਿਆ ਅਤੇ ਆਇਆ ਚੰਗਾ ਗਿਆ ਕਹਿੰਦਾ ਮੈਂ ਅੱਜ ਕਾਲੀ ਕੋਟ ਪਾ ਕੇ ਗਿਆ ਕਾਲੇ ਜਾਤਵਾ ਕੋਟ ਪਾ ਕੇ ਗਿਆ ਮੈਨੂੰ ਕਹਿੰਦਾ ਕੰਬਲੀ ਵੀ ਲੈ ਜਾ ਮੈਂ ਹਾਂ ਮਰਜ਼ੀ ਹੈ ਤੇਰੀ ਖੜਨੀ 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 ਨਾ ਖੜ ਕੰਬਲੀ ਮੁੰਡੇ ਬੁੱਕਲ ਮਾਰੀ ਹੈ ਘਰੋਂ ਨਿਕਲ ਗਿਆ ਹੈ ਬਸ ਉਹ ਤਾਂ ਆਹ ਵਾਰਦਾ ਤਾਂ ਹੋ ਗਈ ਹੈ ਮੈਂ ਤਾਂ ਉਹਦੇ ਭਰਾ ਸਮਾਨ ਚੁੱਕ ਲਿਆ ਸਿਰ 'ਤੇ ਹਸਪਤਾਲ ਵੀ ਚੁੱਕਿਆ ਇੱਥੇ ਵੀ ਚੁੱਕਿਆ ਹੁਣ ਤਾਂ ਮੈਨੂੰ ਸਾਹ ਚੜ੍ਹਦਾ ਹੀ ਹੁਣ ਮੇਰੇ ਕੋਲ ਗੱਲ ਨਹੀਂ ਹੁੰਦੀ ਹੁਣ ਮੇਰਾ ਨਾਮ ਰਣਜੀਤ ਸਿੰਘ ਹੈ ਜੀ ਮੈਂ ਵਾਈਟ ਐਵੀਨਿਊ ਇਸੇ ਕਲੋਨੀ ਦਾ ਰਹਿਣ ਵਾਲਾ ਜੀ ਘਟਨਾ ਇਸ ਤਰ੍ਹਾਂ ਜੀ ਸਾਡੇ ਬਹੁਤ ਹੀ ਨੀਅਰੈਸਟ ਬੜੇ ਸਤਿਕਾਰਯੋਗ ਅੰਕਲ ਸਰਦਾਰ ਗੁਰਭਜਨ ਸਿੰਘ ਸੀ ਜੀ ਇਹ ਕੱਲ੍ਹ ਆਪਣਾ ਇੱਥੇ ਗਏ ਆ ਥੋੜ੍ਹਾ ਜਿਹਾ ਰੋਡ 'ਤੇ ਚੜ੍ਹੇ ਆ ਅਤੇ ਚੁੰਗੀ ਵੱਲ ਨੂੰ ਜਾਣਾ ਸੀ ਇਹਨਾਂ ਥੋੜ੍ਹਾ ਜਿਹਾ ਡੇਲੀ ਜਾਂਦੇ ਸੀ ਆਪਣੀ ਸਾਈਡ ਜਾ ਰਹੇ ਸੀ ਬਿਲਕੁਲ ਵਾਈਟ ਲਾਈਨ ਦੇ ਅੰਦਰ ਜਾ ਰਹੇ ਸੀ ਕਿ ਪਿੱਛੋਂ ਇੱਕ ਸਵਿਫਟ ਗੱਡੀ ਆਈ ਆ ਜਿਹਨੇ ਇਹਨਾਂ ਨੂੰ ਬਹੁਤ ਜ਼ਬਰਦਸਤ ਹਿੱਟ ਕੀਤਾ ਆ ਅਤੇ ਔਨ ਦਾ ਸਪੋਟ ਹੀ ਇਹਨਾਂ ਦੀ ਡੈਥ ਹੋਈ ਆ ਅਤੇ ਸਵਿਫਟ ਗੱਡੀ ਵਾਲਾ ਉਹਨੇ ਪਹਿਲਾਂ ਉਹ ਇਹਨਾਂ ਨੂੰ ਟੱਕਰ ਮਾਰ ਕੇ ਉਸ ਤੋਂ ਬਾਅਦ ਕੰਧ ਵਿੱਚ ਗੱਡੀ ਮਾਰੀ ਆ ਉਸ ਤੋਂ ਬਾਅਦ ਉਸਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਆ ਉਹ ਸਾਡੇ ਉੱਥੇ ਵੀ ਕਾਫੀ ਬੰਦੇ ਵਾਕਫ ਪੈ ਗਏ ਸੀ ਜਿਨ੍ਹਾਂ ਨੇ ਉਹਨਾਂ ਦਾ ਪਿੱਛਾ ਕੀਤਾ ਅਤੇ ਉਸ ਨੂੰ ਬੱਸ ਸਟੈਂਡ ਤੋਂ ਕਾਬੂ ਕੀਤਾ ਆ ਅਤੇ ਉਹ ਹੁਣ ਅਰਬਨ ਸਟੇਟ ਚੌਂਕੀ ਵਿੱਚ ਲਿਆ ਕੇ ਉਹਨੂੰ ਬਿਠਾਇਆ ਹੋਇਆ ਆ ਬਾਕੀ ਪੁਲਿਸ ਕਾਰਵਾਈ ਜਾਰੀ ਆ ਜੀ ਹਾਂਜੀ ਸੀਸੀਟੀਵੀ ਹਾਂਜੀ ਵੀਡੀਓ ਹੈਗੀ ਆ ਜੀ ਸੀਸੀਟੀਵੀ ਵੀਡੀਓ ਮੇਰੇ ਕੋਲ ਪਈ ਆ ਮੈਂ ਉਹ ਵੀ ਤੁਹਾਨੂੰ ਕੋਈ ਨਹੀਂ ਦੇ ਦੇਵਾਂਗਾ ਕੋਈ ਚੱਕਰ ਨਹੀਂ ਜੀ ਬਾਕੀ ਪਰਿਵਾਰ 'ਚ ਇਹਨਾਂ ਦੇ ਦੋ ਬੇਟੇ ਅਤੇ ਇੱਕ ਬੇਟੀ ਆ ਜੀ ਦੋਵੇਂ ਬੇਟੇ ਵਿਦੇਸ਼ 'ਚ ਰਹਿੰਦੇ ਆ ਅਤੇ ਉਹਨਾਂ ਲਈ ਵੀ ਬੜਾ ਇਹ ਜਿਹੜਾ ਆ ਨਾ ਸਹਿਣਯੋਗ ਵਾਲੀ ਗੱਲ ਆ ਅਤੇ ਉਹ ਦੋਨੋਂ ਬੇਟੇ ਜਿਹੜੇ ਆ ਰਹੇ ਆ ਅਤੇ ਸ਼ਨੀਵਾਰ ਨੂੰ ਆਪਾਂ ਇਹਨਾਂ ਦਾ ਸੰਸਕਾਰ ਕਰਾਂਗੇ ਜੀ ਖਿਆਲ ਰੱਖਣ ਵਾਲੇ ਬਸ ਜੀ ਸਾਰੇ ਕਰਤਾ ਧਰਤਾ ਹੋਏ ਸੀ ਇਹ ਵੀ ਥੋੜ੍ਹਾ ਜਿਹਾ ਕਾਫੀ ਥੋੜ੍ਹਾ ਨਹੀਂ ਕਾਫੀ ਬਿਮਾਰ ਰਹਿੰਦੇ ਆ ਕਿ ਮਤਲਬ ਇਹਨਾਂ ਦੀ ਵੀ ਲੁੱਕ ਆਫਟਰ ਉਹੀ ਕਰਦੇ ਸੀ ਅਤੇ ਇਹ ਬਹੁਤ ਜ਼ਿਆਦਾ ਜੀ ਬਹੁਤ ਵੱਡਾ ਮਤਲਬ ਘਾਟਾ ਆ ਨਾ ਸਹਿਣਯੋਗ ਵਾਲਾ ਘਾਟਾ ਆ ਜਿਹੜਾ ਅਸੀਂ ਕਦੀ ਵੀ ਪੂਰਾ ਨਹੀਂ ਕਰ ਸਕਦੇ ਜੀ ਕਾਰਵਾਈ ਉੱਤੇ ਆਪਾਂ ਸੁਰਜੀਤ ਕੌਰ ਦੇ ਬਿਆਨਾਂ ਦੇ ਉੱਤੇ ਜਿਹੜੀ ਐਫ ਆਈ ਆਰ ਲਾਂਚ ਕੀਤੀ ਆ ਐਫ ਆਈ ਆਰ ਨੰਬਰ ਹੈਗਾ ਵਾ 33-304A279 IPC ਟ੍ਰੈਪ ਹਾਂਜੀ ਗੱਡੀ ਜਿਹੜੀ ਆ ਜਿਹਦੇ ਨਾਲ ਐਕਸੀਡੈਂਟ ਹੋਇਆ ਉਹ ਗੱਡੀ ਆਪਣੇ ਕਬਜ਼ੇ 'ਚ ਲਈ ਆ 0177